ਫਾਜ਼ਿਲਕਾ ਦੀ ਨਗਰ ਕੌਂਸਲ ਵੱਲੋਂ ਕਲੋਨੀਆਂ ਦੇ ਵਿੱਚੋਂ ਕੂੜਾ ਇਕੱਤਰਿਤ ਕਰਨ ਦੇ ਲਈ ਕੀਤੀ ਗਈ ਕੂੜਾ ਕਲੈਕਸ਼ਨ ਵੈਨਾਂ ਦੀ ਸ਼ੁਰੂਆਤ ਨਗਰ ਕੌਂਸਲ ਦੇ ਈਓ ਨੇ ਦਿੱਤੀ ਜਾਣਕਾਰੀ। ਫਾਜ਼ਿਲਕਾ ਦੀਆਂ ਕਲੋਨੀਆਂ ਦੇ ਵਿੱਚੋਂ ਕੂੜਾ ਕਲੈਕਟ ਕਰਨ ਦੇ ਲਈ ਨਗਰ ਕੌਂਸਲ ਵੱਲੋਂ ਕੂੜਾ ਕਲੈਕਸ਼ਨ ਗੱਡੀਆਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਨਗਰ ਕੌਂਸਲ ਦੇ ਈਓ ਮੰਗਤ ਕੁਮਾਰ ਨੇ ਦੱਸਿਆ ਕਿ ਫਾਜ਼ਿਲਕਾ ਦੀਆਂ ਕਲੋਨੀਆਂ ਦੇ ਵਿੱਚ ਜਿੱਥੇ ਸਫਾਈ ਸੇਵਕ ਨਹੀਂ ਜਾਂਦੇ ਅਤੇ ਕੂੜੇ ਦੀ ਸਮੱਸਿਆ ਸੀ ਉਸ ਨੂੰ ਦੂਰ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਕੂੜਾ ਕਲੈਕਸ਼ਨ ਗੱਡੀਆਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਜੋ ਕਿ ਫਾਜ਼ਿਲਕਾ ਦੀਆਂ ਕਲੋਨੀਆਂ ਦੇ ਵਿੱਚ ਜਾਣਗੀਆਂ ਅਤੇ ਕੂੜਾ ਕਲੈਕਟ ਇਹਨਾਂ ਵੱਲੋਂ ਕੀਤਾ ਜਾਏਗਾ। ਉਹਨਾਂ ਨੇ ਕਿਹਾ ਕਿ ਇਸ ਦੀ ਸ਼ੁਰੂਆਤ ਫਾਜ਼ਿਲਕਾ ਦੀ ਫਰੈਂਡਸ ਕਲੋਨੀ ਤੋਂ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਵੱਖ ਵੱਖ ਕਲੋਨੀਆਂ ਦੇ ਵਿੱਚ ਇਹ ਗੱਡੀਆਂ ਜਾਣਗੀਆਂ ਅਤੇ ਘਰਾਂ ਦੇ ਵਿੱਚੋਂ ਕੂੜਾ ਕਲੈਕਟ ਕਰਨਗੀਆਂ। ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਨਿਰਧਾਰਿਤ ਫੀਸ ਇਸ ਦੀ ਐਵਜ਼ ਦੇ ਵਿੱਚ ਲਿੱਤੀ ਜਾਏਗੀ। ਉਧਰ ਇਹਨਾਂ ਗੱਡੀਆਂ ਦੀ ਸ਼ੁਰੂਆਤ ਹੋਣ ਤੋਂ ਬਾਅਦ ਕਲੋਨੀਆਂ ਦੇ ਨਿਵਾਸੀਆਂ ਵੱਲੋਂ ਨਗਰ ਕੌਂਸਲ ਦਾ ਧੰਨਵਾਦ ਕੀਤਾ ਗਿਆ। ਫਰੈਂਡਸ ਕਲੋਨੀ ਦੇ ਨਿਵਾਸੀਆਂ ਨੇ ਕਿਹਾ ਕਿ ਕੂੜੇ ਨੂੰ ਲੈ ਕੇ ਉਹਨਾਂ ਨੂੰ ਕਾਫੀ ਸਮੱਸਿਆ ਆ ਰਹੀ ਸੀ, ਜਿਸ ਦੇ ਚਲਦਿਆਂ ਹੁਣ ਇਸ ਦਾ ਨਿਦਾਨ ਹੋ ਜਾਏਗਾ ਅਤੇ ਸਮੱਸਿਆ ਹੱਲ ਹੋਏਗੀ, ਜਿਸ ਦੇ ਲਈ ਉਹ ਨਗਰ ਕੌਂਸਲ ਦਾ ਧੰਨਵਾਦ ਕਰਦੇ ਹਨ। ਅਸੀਂ ਜੋ ਨਵੇਂ ਟਾਟਾ ਇਸ ਮੰਗਾਏ ਸੀਗੇ ਉਹ ਡੋਰ ਟੂ ਡੋਰ ਕਲੈਕਸ਼ਨ ਵਾਸਤੇ ਅੱਜ ਅਸੀਂ ਫਰੈਂਡ ਕਲੋਨੀ ਤੋਂ ਸ਼ੁਰੂਆਤ ਕਰ ਰਹੇ ਹਾਂ। ਸਰ ਜੋ ਸ਼ੁਰੂਆਤ ਕੀਤੀ ਗਈ ਹੈ ਕਿੰਨੇ ਪੈਸੇ ਸਰ ਘਰ ਤੋਂ ਲਿੱਤੇ ਜਾਣਗੇ? ਜੋ ਸਰਕਾਰ ਵੱਲੋਂ SDM WM ਰੂਲਸ ਨੇ ਨਿਰਧਾਰਤ ਉਹਦੇ ਅਕੋਰਡਿੰਗ ਲਏ ਜਾਣਗੇ। ਕਿੰਨੇ ਦਿਨ ਸਰ ਸਰਵਿਸ ਚਲਦੀ ਰਹੇਗੀ? ਸਰ ਹਮੇਸ਼ਾ ਚਲਦੀ ਰਹੇਗੀ। ਹਫ਼ਤੇ ਕਿੰਨੇ ਦਿਨ ਸਰ? ਇਹ ਜਦੋਂ ਵੀਕਲੀ ਆਫ ਹੁੰਦਾ ਬਸ ਸਾਡਾ ਇੱਕ ਸੰਡੇ ਜਾਂ ਰੋਡ ਹੈ, 6 ਦਿਨ ਚੱਲੇਗੀ। ਕਿਹੜੇ ਕਿਹੜੇ ਏਰੀਆ ਦੇ ਵਿੱਚ ਸਾਰੇ ਕਿੱਥੇ ਆ ਰਹੇ ਡਿਪਲੋਏ ਕੀਤੇ? ਜਿੱਥੇ ਵੀ ਸਾਡੇ ਯਾਨੀ ਕਿ ਡੋਰ ਟੂ ਡੋਰ ਦੀ ਪ੍ਰੋਬਲਮ ਹੈਗੀ ਹੈ, ਜਿੱਥੇ ਸਾਡੇ ਸਫਾਈ ਸੇਵਕ ਨਹੀਂ ਜਾ ਰਹੇ ਸੀ ਉੱਥੇ ਜਾਏਗਾ। ਲੋਕਾਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਸਰ? ਲੋਕਾਂ ਦਾ ਸਰ ਪੂਰਾ ਸਹਿਯੋਗ ਮਿਲ ਰਿਹਾ, ਜਿਵੇਂ ਤੁਸੀਂ ਅੱਜ ਆਏ ਹੋ ਸਾਡੇ ਏਰੀਏ ਦੇ ਵਿੱਚ, ਉਹ ਸਾਡੀ ਬਾਕੀ ਸਾਡੀ ਅਪੀਲ ਵੀ ਹੈ, ਲੋਕ ਮੈਨੂੰ ਉਮੀਦ ਹੈ ਕਿ ਤੁਹਾਡਾ ਪੂਰਾ ਸਹਿਯੋਗ ਕਰਨਗੇ। ਕੁਛ ਮੁੱਦੇ ਉਠਾਏ ਗਏ ਵੀ ਜਿਵੇਂ ਕੋਈ ਪ੍ਰਾਈਵੇਟ ਬੰਦੇ ਆ ਕਰਕੇ ਕੂੜਾ ਲੈ ਕੇ ਜਾਂਦੇ ਆ, ਉਹਨੂੰ ਕਿਸ ਤਰ੍ਹਾਂ ਫਿਰ ਹੈਂਡਲ ਕੀਤਾ ਜਾਏਗਾ ਜੀ? ਪ੍ਰਾਈਵੇਟ ਵੀ ਆਪਣੇ ਲੈਵਲ 'ਤੇ ਉਹਨਾਂ ਨਾਲ ਵੀ ਗੱਲ ਕਰ ਲਾਂਗੇ ਅਸੀਂ। ਅਸੀਂ ਕਹਾਂਗੇ ਕਿ ਸਾਡੇ ਨਾਲ ਰਲ ਕੇ ਕਰਨਗੇ, ਉਹ ਵੀ ਵੇਸਟ ਕਲੈਕਟਰ ਨੇ ਲੈ ਸਕਦੇ ਨੇ, ਪਰ ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਗਈ ਹੈ। ਬੜਾ ਅੱਛਾ ਇਨੀਸ਼ੀਏਟਿਵ ਹੈ ਮਿਊਨਸੀਪਾਲਟੀ ਵੱਲੋਂ। ਫਸਟ ਟਾਈਮ ਅਸੀਂ 12 ਸਾਲ ਹੋ ਗਏ ਇੱਥੇ ਫਰੈਂਡ ਇਨਕਲੇਵ ਰਹਿ ਰਹੇ ਹਾਂ, ਬਟ ਆਲਰੇਡੀ ਜਿਹੜਾ ਸਾਡੇ ਇੱਥੇ ਆ ਰਿਹਾ ਹੈ ਗਾਰਬੇਜ ਕਲੈਕਟਰ, ਅਸੀਂ ਕੰਪੇਅਰ ਕਰਨੇ ਹਾਂ ਕਿ ਇਹਨਾਂ ਦੀ ਸਰਵਿਸ ਕਿੰਨੀ ਸਮੂਥਲੀ ਚੱਲਦੀ ਹੈ, ਉਹਨੂੰ ਅਸੀਂ ਪੈਰਲਰ ਚਲਾਵਾਂਗੇ, ਫਿਰ ਦੇਖਾਂਗੇ ਇਸ ਕੰਟੀਨਿਊ ਕਰਾਂਗੇ। ਸਰਕਾਰ ਵੱਲੋਂ ਇਹ ਉਪਰਾਲੇ ਕੀਤੇ ਜਾ ਰਹੇ ਨੇ ਡੋਰ ਟੂ ਡੋਰ ਕਲੈਕਸ਼ਨ ਵਾਸਤੇ ਭੇਜੇ ਜਾ ਰਹੇ ਨੇ, ਕਿਸ ਤਰ੍ਹਾਂ ਸਰਕਾਰ ਦੇ ਕੰਮਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਬਹੁਤ ਅੱਛਾ ਹੈ ਜੀ, ਜਿੱਥੇ ਤੱਕ ਜਿਸ ਤਰ੍ਹਾਂ ਕਿ ਪਲਾਂਟ ਸੁਸਾਇਟੀਆਂ ਬਣੀਆਂ ਨੇ ਮਿਊਨਸੀਪਾਲਟੀ ਦੀ ਹੱਥ ਤੋਂ ਵੀ ਬਾਹਰ, ਜਿੱਥੇ ਸਵੀਪਰ ਨਹੀਂ ਪਹੁੰਚ ਪਾਉਂਦੇ, ਤਾਂ ਬਹੁਤ ਅੱਛਾ ਉਪਰਾਲਾ ਹੈ। ਠੀਕ, ਜਿਹੜੇ ਆਪਣੇ ਸ਼ਹਿਰ ਦੇ ਆਰਡਰ ਲੱਗ ਕੇ ਸੀਗੇ ਉਹਨਾਂ ਦੇ ਵਿੱਚ ਵੇਸਟ ਮਟੀਰੀਅਲ ਨੂੰ ਲੈ ਕੇ ਬਹੁਤ ਸਮੱਸਿਆ ਆ ਰਹੀ ਸੀ। ਉੱਥੇ ਮਿਊਨਸੀਪਲ ਕਮੇਟੀ ਦੇ ਜਿਹੜੇ ਆਪਣੇ ਵਰਕਰ ਉਹ ਪਹੁੰਚ ਨਹੀਂ ਪਾਉਂਦੇ ਸੀਗੇ, ਤਾਂ ਇਹ ਗੱਡੀਆਂ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਸਾਰਾ ਜਿਹੜਾ ਵੀ ਵੇਸਟ ਮਟੀਰੀਅਲ ਹੈਗਾ ਹੈ ਚੱਕ ਕੇ ਲੈ ਕੇ ਜਾਣਗੇ, ਉਹਨੂੰ ਡੰਪ ਏਰੀਆ ਤੱਕ ਲੈ ਕੇ ਜਾਣਗੇ, ਤਾਂ ਜਿਹੜੀ ਸਮੱਸਿਆ ਲੋਕਾਂ ਨੂੰ ਆ ਰਹੀ ਸੀ ਕੂੜੇ ਨੂੰ ਲੈ ਕੇ ਉਹ ਨਹੀਂ ਆਊਗੀ, ਉਹ ਖਤਮ ਹੋ ਜਾਏਗੀ। ਸਾਡੇ MLA ਸਾਹਿਬ ਦਾ ਵੀ ਇਹ ਸੁਪਨਾ ਸੀ, ਉਹਨਾਂ ਨੇ ਪਿੱਛੇ ਐਲਾਨ ਵੀ ਕੀਤਾ, ਮੀਟਿੰਗਸ ਵੀ ਕੀਤੀਆਂ ਨੇ ਵੀ ਇੱਕ ਮਹੀਨੇ ਦੇ ਵਿੱਚ ਆਪਾਂ ਸਾਰਾ ਸ਼ਹਿਰ ਬਿਲਕੁਲ ਸਾਫ਼ ਸੁਥਰਾ ਕਰ ਦੇਣਾ, ਤਾਂ ਉਸੇ ਚੀਜ਼ ਨੂੰ ਲੈ ਕੇ ਉਹ ਅਭਿਆਨ ਦੇ ਤਹਿਤ ਹੀ ਇਹ ਜਿਹੜਾ ਅੱਜ ਸ਼ੁਰੂ ਕਰਵਾਇਆ ਗਿਆ ਕੰਮ। ਜਿਸ ਤਰ੍ਹਾਂ ਦੇਖਣ ਨੂੰ ਮਿਲਿਆ ਜਦੋਂ ਇਲੈਕਸ਼ਨ ਟਾਈਮ ਦੇ ਵਿੱਚ ਜਿਹੜੇ ਨਿਚਲੇ ਇਲਾਕੇ ਨੇ MLA ਸਾਹਿਬ ਨੇ ਜਦੋਂ ਦੌਰੇ ਕੀਤੇ ਸੀ ਤਾਂ ਉਹਨਾਂ ਨੇ ਕਿਹਾ ਸੀ ਵੀ ਜੋ ਤੁਹਾਡੀ ਸਮੱਸਿਆਵਾਂ ਨੇ ਉਹਨਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਏਗਾ, ਕਿੱਥੋਂ ਤੱਕ ਮੰਨਦੇ ਹੋ ਵੀ ਸਮੱਸਿਆ ਨੂੰ ਹੱਲ ਕੀਤਾ ਜਾ ਰਿਹਾ ਜੀ? ਸਰਕਾਰ ਬਣਨ ਤੋਂ ਬਾਅਦ ਅਸੀਂ ਕੰਮ ਸ਼ੁਰੂ ਕਰ ਦਿੱਤੇ ਹੋਏ ਹੈ, ਸਾਨੂੰ ਮਿਊਨਸੀਪਲ ਕਮੇਟੀ ਤੋਂ ਵੀ ਪੂਰਾ ਸਹਿਯੋਗ ਮਿਲ ਰਿਹਾ, ਬਾਕੀ ਅਸੀਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਜਿਸ ਤਰ੍ਹਾਂ ਅੱਜ ਗੱਡੀਆਂ ਦੀ ਸ਼ੁਰੂਆਤ ਕੀਤੀ ਗਈ ਵੀ ਪੂਰਾ ਸਹਿਯੋਗ ਕਰਨ, ਸਾਡੇ ਨਾਲ ਮਿਲ ਕੇ ਚੱਲਣ, ਤਾਂ ਕੰਮ ਸਟਾਰਟ ਕਰ ਦਿੱਤੇ ਗਏ ਹੈ। ਕੋਈ ਵੀ ਕੰਮ ਨੂੰ ਕਰਨ ਲਈ ਟਾਈਮ ਲੱਗਦਾ ਹੈ, ਤਾਂ ਬਹੁਤ ਜਲਦ ਮੈਕਸੀਮਮ ਜੋ ਵੀ ਹੈ ਲਗਭਗ 50% ਦੇ ਕਰੀਬ ਅਸੀਂ ਕਾਮਯਾਬ ਹੋ ਚੁੱਕੇ ਹਾਂ, ਤਾਂ ਬਾਕੀ ਵੀ ਅਸੀਂ ਜਲਦ ਤੋਂ ਜਲਦ ਪੂਰਾ ਸ਼ਹਿਰ ਵਧੀਆ ਤਰੀਕੇ ਨਾਲ ਸਾਫ਼ ਕਰ ਦਾਂਗੇ। ਜਿੱਥੇ ਵੀ ਅਸੀਂ ਗਏ ਸੀ ਸਾਡਾ ਸਾਰਾ ਧਿਆਨ 'ਚ ਹੈ, ਕਿਤੇ ਕਿਤੇ ਵੀ ਸਫਾਈ ਦੀ ਲੋੜ ਜਾਂ ਸੜਕਾਂ ਦੀ ਬਣਾਉਣ ਦੀ ਜ਼ਰੂਰਤ ਹੈ, ਉਹ ਸਾਰੇ ਟੈਂਡਰ ਜਲਦ ਤੋਂ ਜਲਦ ਲਗਵਾ ਕੇ ਬੜੀ ਜਲਦੀ ਅਸੀਂ ਸ਼ਹਿਰ ਨੂੰ ਬਹੁਤ ਵਧੀਆ ਰਖਲਾ ਤਖਲਾ ਸਾਡਾ ਜਿਹੜਾ ਫਾਜ਼ਿਲਕਾ ਬਹੁਤ ਵਧੀਆ ਨੂੰ ਸਾਫ਼ ਸੁਥਰਾ ਬਣਾ ਦਿਆਂਗੇ। ਹਾਂਜੀ ਸਰ, ਕਿਹੜੇ ਏਰੀਆ ਦੇ ਵਿੱਚ ਅੱਜ ਜੋ ਸ਼ੁਰੂਆਤ ਕੀਤੀ? ਆਬੋ ਰੋਡ 'ਤੇ 6 ਕਲੋਨੀ 'ਚ ਆਏ ਹਾਂ, ਅਤੇ ਇੱਥੇ ਅੱਜ ਜੱਥੇ ਮੱਲੇ ਦਾ ਮਿਸ਼ਨ ਕੀਤਾ, ਇੱਥੇ 5-7 ਘਰ ਬਣੇ ਨੇ, ਇਹਨਾਂ ਨੂੰ ਵੀ ਅੱਜ ਟਾਟਾ ਏਸ ਜਿਹੜੀ ਆਪਾਂ ਚਲਾ ਰਹੇ ਹਾਂ ਉਹ ਇਹਨਾਂ ਨੂੰ ਲਗਾ ਰਹੇ ਹਾਂ। ਹੋਰ ਕਿਹੜੇ ਕਿਹੜੇ ਏਰੀਆ ਦੇ ਵਿੱਚ ਸ਼ੁਰੂਆਤ ਕੀਤੀ ਜਾ ਰਹੀ ਹੈ ਜੀ? ਅੱਜ ਫਰੈਂਡ ਕਲੋਨੀ ਕੀਤੀ ਹੈ, ਅਤੇ ਛੋਟੇ ਕਲੋਨੀ 'ਚ, ਔਰ ਸਾਹਮਣੇ ਗਗਨ ਕਲੋਨੀ ਜਿਹੜੀ ਹੈ। ਮੁੱਖ ਲਕਸ਼ਿਆ ਕੀ ਰਹੇਗਾ ਸਰ ਤੁਹਾਡਾ? ਮੁੱਖ ਇਹ ਹੈ ਵੀ ਸ਼ਹਿਰ ਵਾਸੀਆਂ ਨੂੰ ਸਾਫ਼ ਸੁਥਰਾ ਸਫਾਈ ਸੁਥਰਾ ਦਿੱਤੀ ਜਾਵੇ, ਹਰੇਕ ਕੋਈ ਜਿਹੜੇ ਆਪਣੇ ਸਫਾਈ ਕਰਮਚਾਰੀਆਂ ਤੋਂ ਪਰੇਸ਼ਾਨ ਨੇ ਜਾਂ ਅਗਰ ਸਾਡੇ ਸਫਾਈ ਨਹੀਂ ਆਉਂਦੀ ਜਾਂ ਕੂੜਾ ਚੱਕਰ ਨਹੀਂ ਆਉਂਦੀ ਉਹਨਾਂ ਨੂੰ ਸੁਵਿਧਾ ਮਿਲੇ ਜੀ।
किस तरह का लक्ष्य रहेगा सर? लक्ष्य रहेगा कि जो आप एमएलए साहब ने फाइलकर साफ सुथरा बनाने लिए मुहिम चालू की है वो तहत सारा काम करी जाने साफ सुथरा करा। ठीक है।